ਵਾਹਿਗੁਰੂ ਜੀ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਪੰਜਾਬ ਵਿੱਚ ਮਾਝੇ ਦੀ ਧਰਤੀ ਨੇ ਬਹੁਤ ਸਾਰੇ ਸ਼ਹੀਦਾਂ ਨੂੰ ਜਨਮ ਦਿੱਤਾ ਹੈ। ਇਹਨਾਂ ਸ਼ਹੀਦਾਂ ਵਿੱਚੋਂ ਹੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ 25 ਕਿਲੋਮੀਟਰ ਦੀ ਦੂਰੀ ਤੇ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਪੁਰਾਤਨ ਵਸਿਆ ਆ ਰਿਹਾ ਨਗਰ ਅਜਨਾਲਾ ਦੇ ਜੰਮਪਲ ਭਾਈ ਮਿਤ ਸਿੰਘ ਜੀ ਸਨ। ਭਾਈ ਮਿਤ ਸਿੰਘ ਜੀ ਨੂੰ ਖਾਲਸਾ ਪੰਥ ਦੰਗਈ ਕਹਿ ਕੇ ਵੀ ਬੁਲਾਉਂਦਾ ਸੀ, ਇਸ ਕਰਕੇ ਆਪ ਜੀ ਦਾ ਨਾਮ ਮਿਤ ਸਿੰਘ ਦੰਗਈ ਪ੍ਰਸਿੱਧ ਹੋ ਗਿਆ। ਭਾਈ ਮਿਤ ਸਿੰਘ ਜੀ ਦਾ ਜਨਮ ਅੱਸੂ ਸੁਦੀ ਦਸਵੀਂ 1715 ਈਸਵੀ ਨੂੰ ਮਾਤਾ ਬਿਸ਼ਨ ਕੌਰ ਦੀ ਕੁੱਖੋਂ ਪਿਤਾ ਸਰਦਾਰ ਮੇਹਰ ਸਿੰਘ ਨਿੱਜਰ ਜ਼ਿਮੀਂਦਾਰ ਦੇ ਘਰ ਹੋਇਆ। ਮਾਤਾ ਬਿਸ਼ਨ ਕੌਰ ਦੀ ਗੱਲ ਕਰੀਏ ਤਾਂ ਉਹ ਮਾਝੇ ਦੇ ਪ੍ਰਸਿੱਧ ਸ਼ਹੀਦ ਭਾਈ ਤਾਰਾ ਸਿੰਘ ਦੇ ਵੱਡੇ ਭਰਾ ਦਰਬਾਰਾ ਸਿੰਘ ਬੁੱਟਰ ਜ਼ਿਮੀਂਦਾਰ ਦੀ ਪੁੱਤਰੀ ਸੀ। ਭਾਈ ਮਿਤ ਸਿੰਘ ਜੀ ਦੇਗ ਤੇਗ ਦੇ ਧਨੀ ਸਨ ਅਤੇ ਆਪ ਦੇ ਵੱਡੇ ਵਡੇਰੇ ਅਤੇ ਸਾਰਾ ਪਰਿਵਾਰ ਹੀ ਪੰਥ ਦੀ ਖਾਤਰ ਜ਼ੁਲਮ ਨਾਲ ਲੋਹਾ ਲੈਂਦਿਆਂ ਰਣ ਤੱਤ ਵਿੱਚ ਸ਼ਹੀਦ ਹੋਇਆ ਹੈ। ਭਾਈ ਮਿਤ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਸਰਦਾਰ ਮੇਹਰ ਸਿੰਘ ਜੀ ਪੰਜ ਭਰਾ ਸਨ, ਸੂਰਤ ਸਿੰਘ, ਰੋਸ਼ਨ ਸਿੰਘ, ਮੇਹਰ ਸਿੰਘ, ਮੱਲਾ ਸਿੰਘ, ਭਾਗ ਸਿੰਘ। ਇਹ ਪੰਜੇ ਭਰਾ ਕੌਮ ਖਾਤਰ ਸ਼ਹੀਦ ਹੋਏ। ਭਾਈ ਮਿਤ ਸਿੰਘ ਜੀ ਵੀ ਪੰਜ ਭਰਾ ਸਨ, ਇੰਦਰ ਸਿੰਘ, ਚੰਦਾ ਸਿੰਘ, ਮਿੱਤਰ ਸਿੰਘ, ਭੀਮ ਸਿੰਘ, ਮਿਤ ਸਿੰਘ। ਇਹਨਾਂ ਚੋਂ ਚਾਰ ਭਰਾ ਸ਼ਹੀਦ ਹੋਏ। ਭਾਈ ਮਿਤ ਸਿੰਘ ਜੀ ਦੇ ਦਾਦਾ ਜੀ ਸਰਦਾਰ ਮਹਿਤਾਬ ਸਿੰਘ ਅਜਨਾਲਾ, ਇੱਕ ਭਾਈ ਮਹਿਤਾਬ ਸਿੰਘ ਮੀਰਾ ਕੋਟੀਆ ਸਨ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਤੇ ਉਹਨਾਂ ਨੂੰ 1745 ਈਸਵੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਸਰਦਾਰ ਮਹਿਤਾਬ ਸਿੰਘ ਅਜਨਾਲਾ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤਪਾਨ ਕੀਤਾ ਸੀ। ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਮਦਮਾ ਸਾਹਿਬ ਪਧਾਰੇ ਤਾਂ ਸੰਗਤਾਂ ਵਹੀਰਾਂ ਘੱਟ ਦਰਸ਼ਨ ਕਰਨ ਲਈ ਪੁੱਜੀਆਂ। ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਵਿੱਚੋਂ ਬਾਬਾ ਗੁਰਬਖਸ਼ ਸਿੰਘ ਰਾਮ ਕੋਇਰ ਜੀ ਦੇ ਨਾਲ ਭਾਈ ਮਹਿਤਾਬ ਸਿੰਘ ਨਿੱਜਰ ਅਜਨਾਲਾ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਸ੍ਰੀ ਦਮਦਮਾ ਸਾਹਿਬ ਵਿਖੇ ਪਹੁੰਚੇ ਸਨ। ਮਈ 1746 ਈਸਵੀ ਨੂੰ ਕਾਹਨੂਵਾਲ ਦੀ ਛੰਭ ਵਿੱਚ ਛੋਟੇ ਘੱਲੂਘਾਰੇ ਦੌਰਾਨ ਭਾਈ ਮਿਤ ਸਿੰਘ ਜੀ ਦੇ ਤਿੰਨ ਭਰਾ ਭਾਈ ਇੰਦਰ ਸਿੰਘ, ਭਾਈ ਮਿੱਤਰ ਸਿੰਘ, ਭਾਈ ਭੀਮ ਸਿੰਘ ਅਤੇ ਚੌਥਾ ਤਾਇਆ ਭਾਈ ਸੂਰਤ ਸਿੰਘ ਸ਼ਹੀਦ ਹੋ ਜਾਂਦੇ ਹਨ। ਕਹਿਣ ਤੋਂ ਭਾਵ ਸਰਦਾਰ ਮਹਿਤਾਬ ਸਿੰਘ ਅਜਨਾਲਾ ਨੇ ਛੋਟੇ ਘੱਲੂਘਾਰੇ ਵਿੱਚ ਇੱਕ ਪੁੱਤਰ ਤੇ ਤਿੰਨ ਪੋਤਰੇ ਧਰਮ ਹਿੱਤ ਕੁਰਬਾਨ ਕਰਕੇ ਅਜਨਾਲੇ ਦਾ ਨਾਮ ਚਮਕਾਇਆ ਸੀ। 1747 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਤੇ ਹਮਲਾ ਕੀਤਾ। ਉਹ 18 ਫਰਵਰੀ 1748 ਈਸਵੀ ਨੂੰ ਲਾਹੌਰ ਤੋਂ ਦਿੱਲੀ ਜਾ ਰਿਹਾ ਸੀ ਤਾਂ ਸਿੱਖ ਫੌਜਾਂ ਜਿਸ ਦੀ ਅਗਵਾਈ ਸਰਦਾਰ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਲੂਵਾਲੀਆ ਤੇ ਸਰਦਾਰ ਮਿਤ ਸਿੰਘ ਕਰ ਰਹੇ ਸਨ, ਸਿੱਖ ਫੌਜਾਂ ਅਬਦਾਲੀ ਤੇ ਹਮਲਾ ਕਰਕੇ ਅਸਲਾ ਤੇ ਘੋੜੇ ਖੋ ਕੇ ਫਰਾਰ ਹੋ ਜਾਂਦੀਆਂ ਹਨ। ਇਹਨਾਂ ਦਿਨਾਂ ਵਿੱਚ ਸਿੱਖਾਂ ਨੇ 65 ਜਥੇ ਬਣਾਏ ਹੋਏ ਸਨ, ਜਿਨ੍ਹਾਂ ਵਿੱਚ ਇੱਕ ਜਥਾ ਸਰਦਾਰ ਮਹਿਤਾਬ ਸਿੰਘ ਅਜਨਾਲਾ ਦਾ ਵੀ ਸ਼ਾਮਿਲ ਸੀ। 29 ਮਾਰਚ 1748 ਈਸਵੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਰਬੱਤ ਖਾਲਸਾ ਦਾ ਇਕੱਠ ਹੋਇਆ, ਜਿਸ ਵਿੱਚ 65 ਜਥੇ ਤੋੜ ਕੇ 12 ਮਿਸਲਾਂ ਵਿੱਚ ਵੰਡ ਦਿੱਤੇ ਤੇ ਸਰਦਾਰ ਜੱਸਾ ਸਿੰਘ ਆਲੂਵਾਲੀ ਨੂੰ ਦਲ ਖਾਲਸਾ ਦਾ ਜਥੇਦਾਰ ਬਣਾਇਆ ਗਿਆ। ਸਰਦਾਰ ਮਹਿਤਾਬ ਸਿੰਘ ਦਾ ਜਥਾ ਡੱਲੇ ਵਾਲੀਆਂ ਮਿਸਲ ਵਿੱਚ ਸ਼ਾਮਿਲ ਹੋ ਗਿਆ। ਅਬਦਾਲੀ ਨੇ 1756 ਈਸਵੀ ਵਿੱਚ ਭਾਰਤ ਤੇ ਚੌਥਾ ਹਮਲਾ ਕੀਤਾ। ਦਿੱਲੀ ਨੂੰ ਲੁੱਟ ਕੇ 28,000 ਗੱਡਾ ਧਨ ਦੌਲਤ ਨਾਲ ਭਰ ਕੇ 1757 ਈਸਵੀ ਨੂੰ ਵਾਪਸ ਜਾ ਰਿਹਾ ਸੀ ਤਾਂ ਸਿੱਖਾਂ ਨੇ ਬਾਰ ਬਾਰ ਹਮਲੇ ਕੀਤੇ। ਇੱਕ ਹਮਲਾ ਚਨਾਬ ਦਰਿਆ ਦੇ ਕੰਢੇ ਤੇ ਨਗਰ ਦੁਬਰਜੀ ਦੇ ਮੁਕਾਮ ਤੇ ਕੀਤਾ ਗਿਆ। ਇਸ ਲੜਾਈ ਵਿੱਚ ਬੁੱਢੇ ਸ਼ੇਰ ਸਰਦਾਰ ਮਹਿਤਾਬ ਸਿੰਘ ਅਜਨਾਲਾ ਦੀ ਖੱਬੀ ਬਾਂਹ ਢਾਲ ਸਮੇਤ ਵੱਢੀ ਗਈ। ਆਪਣੇ ਪਿਤਾ ਸਰਦਾਰ ਮਹਿਤਾਬ ਸਿੰਘ ਨੂੰ ਬਚਾਉਂਦਿਆਂ ਉਹਨਾਂ ਦਾ ਪੁੱਤਰ ਰੋਸ਼ਨ ਸਿੰਘ ਸ਼ਹੀਦ ਹੋ ਗਿਆ। ਸਰਦਾਰ ਮਹਿਤਾਬ ਸਿੰਘ ਇੱਕ ਤਾਂ ਵਡੇਰੀ ਉਮਰ ਦੇ ਸਨ, ਦੂਜਾ ਅੰਗਹੀਣ ਹੋਣ ਕਾਰਨ ਨਕਾਰਾ ਹੋ ਗਿਆ ਸਨ। ਦੱਲੇ ਵਾਲੀਆਂ ਮਿਸਲ ਨੇ ਸਰਦਾਰ ਮਿਤ ਸਿੰਘ ਦੇ ਪਿਤਾ ਸਰਦਾਰ ਮੇਹਰ ਸਿੰਘ ਨੂੰ ਆਪਣਾ ਨਾਇਬ ਸਰਦਾਰ ਥਾਪ ਲਿਆ। 30 ਅਕਤੂਬਰ 1758 ਈਸਵੀ ਨੂੰ ਦੀਵਾਲੀ ਦੇ ਤਿਉਹਾਰ ਤੇ ਸਿੱਖਾਂ ਨੇ ਸਰਬੱਤ ਖਾਲਸੇ ਦੇ ਰੂਪ ਵਿੱਚ ਇਕੱਠ ਕੀਤਾ ਅਤੇ ਇਲਾਕਿਆਂ ਦੀ ਵੰਡ ਕੀਤੀ। ਸਰਦਾਰ ਮੇਹਰ ਸਿੰਘ ਦੇ ਹਿੱਸੇ ਖੇੜੀ ਸੈਦਾ ਅਤੇ ਥਨੇਸਰ ਦਾ ਇਲਾਕਾ ਆਇਆ। ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਦੇ 6ਵੇਂ ਹਮਲੇ ਦੌਰਾਨ ਸਿੱਖਾਂ ਨੂੰ ਕੂਪਰ ਹੀੜਾ ਦੇ ਮੈਦਾਨ ਵਿੱਚ ਖਤਮ ਕਰਨ ਦਾ ਯਤਨ ਕੀਤਾ। ਇਸ ਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ। ਇਹ 5 ਫਰਵਰੀ 1762 ਈਸਵੀ ਨੂੰ ਵਾਪਰਿਆ। ਇਸ ਘੱਲੂਘਾਰੇ ਵਿੱਚ 30-35 ਹਜ਼ਾਰ ਸਿੱਖ ਸ਼ਹੀਦ ਹੋਏ। ਇਸ ਵਿੱਚ ਭਾਈ ਮਿਤ ਸਿੰਘ ਦੇ ਪਿਤਾ ਜਥੇਦਾਰ ਮੇਹਰ ਸਿੰਘ ਆਪਣੇ ਦੋ ਭਾਈਆਂ ਮੱਲਾ ਸਿੰਘ ਤੇ ਭਾਗ ਸਿੰਘ ਸਮੇਤ ਜੈਨ ਖਾਂ ਹਾਕਮ ਸਰਹੰਦ ਨਾਲ ਲੜਦੇ ਹੋਏ ਸ਼ਹੀਦ ਹੋ ਗਏ। ਇਸ ਘੱਲੂਘਾਰੇ ਵਿੱਚ ਅਬਦਾਲੀ ਦੇ ਨਾਲ ਜੈਨ ਖਾਂ ਦੀਆਂ ਫੌਜਾਂ ਨੇ ਵੀ ਸਿੱਖਾਂ ਦਾ ਬਹੁਤ ਭਾਰੀ ਨੁਕਸਾਨ ਕੀਤਾ ਸੀ। ਸਿੱਖਾਂ ਨੇ ਜੈਨ ਖਾਂ ਨੂੰ ਸੋਧਣ ਦਾ ਮਤਾ ਪਾਸ ਕਰ ਲਿਆ। ਇਸ ਲਈ 14 ਫਰਵਰੀ 1764 ਈਸਵੀ ਨੂੰ ਜੱਸਾ ਸਿੰਘ ਆਲੂਵਾਲੀਆ ਦੀ ਕਮਾਨ ਹੇਠ ਸਰਹਿੰਦ ਤੇ ਹਮਲਾ ਕੀਤਾ ਗਿਆ। ਇਸ ਲੜਾਈ ਵਿੱਚ ਸਰਦਾਰ ਮਿਤ ਸਿੰਘ ਬੜੀ ਬਹਾਦਰੀ ਨਾਲ ਲੜੇ। ਇਸ ਲੜਾਈ ਦੌਰਾਨ ਸਰਦਾਰ ਮਿਤ ਸਿੰਘ ਦੇ ਭਤੀਜੇ ਨੌਜ ਸਿੰਘ ਦੇ ਗੋਲਾ ਵੱਜਣ ਕਰਕੇ ਉਸ ਦੀ ਖੱਬੀ ਲੱਤ ਨਕਾਰੀ ਹੋ ਗਈ। ਇਸ ਤੋਂ ਬਾਅਦ ਖੇੜੀ ਸਈਦਾ ਦੇ 21 ਪਿੰਡ ਤੇ ਥਨੇਸਰ ਦੇ 59 ਪਿੰਡ, ਕੁੱਲ 80 ਪਿੰਡਾਂ ਤੇ ਕਬਜ਼ਾ ਕਰਕੇ ਸਰਦਾਰ ਮਿਤ ਸਿੰਘ ਨੇ ਦੁਬਾਰਾ ਰਿਆਸਤ ਕਾਇਮ ਕਰਕੇ
अपनी मोहर चलाई। इस उपर लिखा सी अकाल सहाय मित सिंह। भाई मित सिंह दंगई हर एक जंग विच अगे हो के लड़दे सन अते भजन भी बहुत करदे सन। सरदार जस्सा सिंह आलूवालिया ने नजीब दौला नूं सबक सिखाउण लई सरदार मित सिंह दी अगवाई हेठ 10,000 सिख फौज नूं भेजिया। सिख फौजां ने नजीब दौला दी चंगी तरह खुंभ ठप्पी। बाद विच मेरठ दा सफाया कीता। नजीब दौला ने अपने इलाके विच सिखां वल्लों मचाई तबाही नूं देख के अब्दाली नूं बेनती कीती। अब्दाली ने जहान खां ते जबता खां दोहां फौजी जनरलां नूं फौज दे के इस दी मदद लई तोरिया। जहेदार मित सिंह नूं भावे इन्हां दे आउण दा पता 4 घड़ियां पहलां लग चुका सी पर रात दा समां होण करके खिंडियां होईयां सिख फौजां इकट्ठियां ना कीतियां जा सकियां। अब्दाली दीआं फौजां बिजली वांग खालसे दल ते पै गईआं। सिख फौजां ने बड़ी बहादुरी नाल मुकाबला कीता। भाई मित सिंह लड़दे होए अपनियां फौजां नाल पिछे हटदे जा रहे सन तां जो जमुना नदी पार कीती जा सके। पर अचानक सरदार मित सिंह दे घोड़े नूं गोली लग गई। घोड़े दे डिगण नाल सरदार मित सिंह दा पैर रकाब ਵਿੱਚ ਫਸ ਗਿਆ। ਜਹੇਦਰ ਮਿੱਤ ਸਿੰਘ ਨੂੰ ਡਿੱਗਦਾ ਦੇਖ ਸਿੰਘਾਂ ਨੇ ਇਹਨਾਂ ਨੂੰ ਬਚਾਉਣਾ ਚਾਹਿਆ ਪਰ ਅਬਦਾਲੇ ਦੀਆਂ ਫੌਜਾਂ ਦਾ ਜ਼ੋਰ ਪੈ ਗਿਆ। ਜਹਾਂ ਖਾਨ ਨੇ ਭਾਈ ਮਿੱਤ ਸਿੰਘ ਦਾ ਸੀਸ ਧੜ ਨਾਲੋਂ ਜੁਦਾ ਕਰ ਦਿੱਤਾ। ਇਸ ਜੰਗ ਵਿੱਚ 6,000 ਦੇ ਕਰੀਬ ਸਿੱਖ ਸ਼ਹੀਦ ਹੋਏ। ਇਹ ਘਟਨਾ 19 ਮਈ 1767 ਈਸਵੀ ਦੀ ਹੈ। 20 ਮਈ ਦੀ ਸਵੇਰ ਨੂੰ ਨਜੀਮ ਦੌਲਾ ਨੇ ਸ਼ਹੀਦ ਸਿੰਘਾਂ ਦੇ ਸੀਸ ਕਟਾ ਕੇ 18 ਗੱਡਿਆਂ ਦੇ ਲਦਵਾ ਕੇ ਪੰਜਾਬ ਵੱਲ ਤੁਰੇ। ਇਹ ਗੱਡੇ ਅੰਬਾਲਾ ਦੇ ਰਾਜਪੁਰਾ ਦੇ ਵਿਚਕਾਰ ਮੁਗਲ ਸਰਾਏ ਤੋਂ ਅੱਗੇ ਘੱਗਰ ਸਰਾਏ ਦੇ ਕੋਲ ਪਹੁੰਚ ਗਏ ਸਨ। 23 ਮਈ 1767 ਈਸਵੀ ਨੂੰ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਕਮਾਨ ਹੇਠ ਸ਼ਹੀਦ ਭਾਈ ਮਿਤ ਸਿੰਘ ਦੇ ਭਤੀਜੇ ਭਾਗ ਸਿੰਘ, ਨੌਲ ਸਿੰਘ ਤੇ ਭੰਗਾ ਸਿੰਘ ਨੇ ਹਮਲਾ ਕਰਕੇ ਗੱਡੇ ਲੈ ਕੇ ਆ ਰਹੀ ਅਬਦਾਲੀ ਦੀ ਫੌਜ ਨੂੰ ਭਜਾ ਦਿੱਤਾ। ਉੱਥੇ ਹੀ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ। ਉਸ ਅਸਥਾਨ ਤੇ ਅੱਜ ਕੱਲ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸੁਸ਼ੋਭਿਤ ਹੈ। ਸ਼ਹੀਦੀ ਸਮੇਂ ਸਰਦਾਰ ਮਿਤ ਸਿੰਘ ਦੀ ਉਮਰ 52 ਸਾਲ ਦੀ ਸੀ।